ਸ਼ਾਗਿਰਦਾਂ ਤੋਂ ਬਾਅਦ ਸਮਾਂ ਬਦਲਦੇ ਨੇ ਕੋਲ ਪੰਜਾਬੀ ਦੇ ਪਹਿਲੇ ਦੇ ਕਵੀ ਇੱਕ ਜੀਵਨ ਜਾਂਚ ਹੁੰਦੀ ਆ ਇਹਦੀ ਜਦੋਂ ਅਸੀਂ ਥੋੜ੍ਹਾ ਕੰਪੈਰੀਜ਼ਨ ਕਰਨਾ ਸ਼ੁਰੂ ਕਰਦੇ ਹਾਂ ਅਸੀਂ ਕਿ ਅਸੀਂ ਇਹਨਾਂ ਨੂੰ ਅਸੀਂ ਦੁੱਖ ਕੇ ਮਾਂ ਜੀ ਹਾਂਜੀ सब तो पहली गल तो यह भी असी किसी भाषा के विरोधी कोई पांच भाषावां सीखे दस भाषावां सीखे कोई भाषा छोटी नहीं कोई वड्डी नहीं पर पंजाबी बोली बारे असी जरूर कहना चाहते हैं कि पंजाबी पूरी तरह समर्थ भाषा पंजाबी दे विच जे गुरु नानक साहब वड्डिया तो वड्डिया गल्लां कह सकते हैं बाबा फरीद कह सकते हैं शिव कुमार जिन्हें सारी दुनिया च पंजाबी दे ना राही अपनी कविता राही पंजाबी नूं सारी दुनिया च फैलाता ते शिव नालों वड्डा शायर गुरु नानक साहब नालों वड्डा शायर बाबा फरीद नालों वड्डा शायर असी पैदा करना सो मैं इको बेनती कर रही हाँ कि पंजाबी पूर्ण रूप से समर्थ आ भाषावां नूं ये कहना कि ये बासी आ ये मां आ ये गलत आ हर भाषा अपने आप च संपूर्ण भाषा वा ਪੰਜਾਬੀ ਪਿਆਰਿਆਂ ਵੱਲੋਂ ਗੋਸ਼ਟੀ ਹੋਈ ਉਹਦੇ ਵਿੱਚ ਨਿਸ਼ਚਿਤ ਤੌਰ 'ਤੇ ਇਹ ਗੱਲ ਸੀ ਕਿ ਜਿਹੜੀ ਪੰਜਾਬੀ ਬੋਲੀ ਆ ਇਹਦੇ ਬਾਰੇ ਜੋ ਨਵੀਆਂ ਕੋਈ ਕੰਟਰੋਵਰਸੀ ਕੋਈ ਨਵੇਂ ਇਖਤਲਾਫ ਆਉਂਦੇ ਆ ਉਹਨਾਂ ਬਾਰੇ ਗੋਸ਼ਟੀ ਕਰਦੇ ਅਤੇ ਇਸ ਬੋਲੀ ਦਾ ਇਤਿਹਾਸ ਪਿਛੋਕੜ ਇਹਦੀ ਅਮੀਰੀ ਜਿਹੜੀ ਆ ਉਹਦੇ ਬਾਰੇ ਗੱਲਬਾਤ ਕੀਤੀ ਜਾਏਗੀ ਇਹ ਪੰਜਾਬੀ ਜਿਹੜੀ ਆ ਇਹ ਕਿਸੇ ਇੱਕ ਵਿਸ਼ੇਸ਼ ਫਿਰਕੇ ਦੇ ਨਾਲ ਵਿਸ਼ੇਸ਼ ਧਰਮ ਨਾਲ ਸੰਬੰਧਿਤ ਕਰਦੀ ਇਹ ਬੜੀ ਅਮੀਰੀ ਆਪਣੇ ਵਿੱਚ ਸਮੋਈ ਬੈਠੀ ਆ ਅਤੇ ਇਹਦਾ ਪੁਰਾਣਾ ਇਤਿਹਾਸ ਆ ਇਹ ਅੱਜ ਦੀ ਗੋਸ਼ਟੀ ਬੜੀ ਸਫਲ ਗੋਸ਼ਟੀ ਸੀ ਤੁਹਾਨੂੰ ਸਾਰਿਆਂ ਨੂੰ ਇਸ ਚੀਜ਼ ਦੀ ਮੁਬਾਰਕ ਵੀ ਹੈ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਬੜਾ ਕੁਝ ਸਿੱਖਿਆ ਆਣ ਕੇ ਇੱਥੇ ਆਣ ਕੇ ਕਿਉਂਕਿ ਗੋਸ਼ਟੀ 'ਚ ਹੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਹ ਘੜੀ ਆਦੀ ਸੇ ਵੀ ਯਾਦ ਭਗਤਨ ਕਿਨੇ ਗੋਸ਼ਟ ਜੋ ਕਿਨੇ ਸੋ ਲਾਭ ਸੋ ਇਹ ਇੱਥੇ ਆਣ ਕੇ ਹਰ ਇੱਕ ਨੂੰ ਲਾਭ ਹੋਇਆ ਮੈਨੂੰ ਵੀ ਬਹੁਤ ਲਾਭ ਹੋਇਆ ਬਾਕੀਆਂ ਦੀ ਗੱਲ ਛੱਡ ਦਿਓ ਵਿਵਾਦ ਜਿਹੜਾ ਬੋਲੀਆਂ ਦੇ ਉੱਤੇ ਪੰਜਾਬ 'ਚ ਨਵਾਂ ਜਨਮ ਜਿਹੜਾ ਲੈ ਰਿਹਾ ਗੁਰਦਾਸ ਮਾਨ ਦਾ ਕਿੱਸਾ ਹੀ ਲੈ ਲਈਏ ਇੱਕ ਵਿਵਾਦ ਛਿੜ ਗਿਆ ਫਿਰ ਦੁਬਾਰਾ ਗੱਲ ਇਹ ਹੈ ਵਿਵਾਦ ਛਿੜਦਾ ਨਹੀਂ ਛੇੜਿਆ ਜਾਂਦਾ ਇੱਥੋਂ ਤੱਕ ਸੁਣ ਲਵੋ ਕਿ ਜੇ ਅਸੀਂ ਦਰਖਤ ਵੰਡ ਲਏ ਨੇ ਪਿੱਪਲ ਨੂੰ ਕੋਈ ਵੱਢਦਾ ਨਹੀਂ ਵੀ ਇਹ ਜਾਂ ਦੂਜੇ ਵੀ ਜਿਹੜੇ ਰੁੱਖ ਨੇ ਬੋਹੜ ਹੋਰ ਹੈ ਪਿੱਪਲ ਧਾਰਮਿਕਤਾ ਨਾਲ ਜੋੜ ਦਿੰਦੇ ਨੇ ਤੁਲਸੀ ਨੂੰ ਧਾਰਮਿਕਤਾ ਨਾਲ ਜੋੜਤਾ ਗਿਆ ਅਸਲ 'ਚ ਬੋਲੀ ਰੰਗ ਭਾਸ਼ਾ ਇਹ ਹਥਿਆਰ ਬਣ ਗਿਆ ਲੋਕਾਂ ਨੂੰ ਮੂਰਖ ਜਿੰਨੇ ਲੋਕ ਵੱਧ ਮੂਰਖ ਬਣਨਗੇ ਧਰਮ ਦੇ ਆਧਾਰ 'ਤੇ ਵੀ ਜਿੰਨੇ ਲੋਕਾਂ ਨੂੰ ਮੂਰਖ ਬਣਾਇਆ ਜਾਏਗਾ ਓਨਾ ਹੀ ਹਾਕਮ ਜਮਾਤ ਨੂੰ ਭਾਵੇਂ ਕੋਈ ਹੋਵੇ ਉਹਨੂੰ ਸੌਖ ਹੈ ਇਸ ਲਈ ਵਿਵਾਦ ਛਿੜਿਆ ਨਹੀਂ ਛੇੜਿਆ ਗਿਆ